ਹਾਂ ਇਸ ਤਰ੍ਹਾਂ ਹੈਗਾ ਜਿਹੜਾ ਇਹ ਇਸ ਵਾਰ ਦਾ ਵਰਲਡ ਕੈਂਸਰ ਡੇ ਹੈ ਇਹਦੇ 'ਤੇ ਸਾਡਾ ਜਿਹੜਾ ਸਲੋਗਨ ਵੀ ਹੈਗਾ ਉਹ ਹੈਗਾ ਵੀ ਆਈ ਐਮ ਆਈ ਵਿਲ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਮੈਨੂੰ ਕੈਂਸਰ ਬਾਰੇ ਕੋਈ ਜਾਣਕਾਰੀ ਹੈ ਤਾਂ ਮੈਨੂੰ ਜਾਣਕਾਰੀ ਹੈ ਔਰ ਮੈਂ ਬਾਕੀਆਂ ਨੂੰ ਉਹਦੀ ਜਾਣਕਾਰੀ ਦੇਵਾਂਗਾ। ਇਸੀ ਤਰ੍ਹਾਂ ਜੇ ਮੈਨੂੰ ਕਿਸੇ ਵੀ ਤਰ੍ਹਾਂ ਕੈਂਸਰ ਦੇ ਉੱਤੇ ਕੁਝ ਵੀ ਨਵਾਂ ਪਤਾ ਲੱਗਦਾ ਹੈਗਾ ਤਾਂ ਅਸੀਂ ਇੱਕ ਦੂਜੇ ਨੂੰ ਦੱਸਾਂਗੇ, ਇੱਕ ਦੂਜੇ ਤੋਂ ਉਹ ਜਾਣਕਾਰੀ ਜਿਹੜੀ ਉਹ ਅੱਗੇ ਮਲਟੀਪਲਾਈ ਹੋਊਗੀ ਜਿਹਦੇ ਨਾਲ ਕੈਂਸਰ ਦਾ ਜਿਹੜਾ ਇਲਾਜ ਆ ਉਸ ਤੋਂ ਇਲਾਵਾ ਕੈਂਸਰ ਨੂੰ ਜਲਦੀ ਪਕੜਨ ਦਾ ਵੀ ਇੱਕ ਜਿਹੜੀ ਆਪਣੀ ਮੁਹਿੰਮ ਹੈ ਉਹ ਕਾਮਯਾਬ ਹੋਏਗੀ। ਅਤੇ ਇਹਦੇ ਵਿੱਚ ਅਸੀਂ ਇਹੀ ਕਰਦੇ ਹਾਂ ਕਿ ਲੋਕਾਂ ਨੂੰ ਇਹੀ ਉਤਸ਼ਾਹਿਤ ਕਰਦੇ ਹਾਂ ਕਿ ਜੇ ਤੁਹਾਨੂੰ ਕੋਈ ਡਾਕਟਰ ਜਾਂ ਕੋਈ ਕਿਸੇ ਤਰ੍ਹਾਂ ਤੁਹਾਨੂੰ ਕੋਈ ਗਿਲਟੀ ਜਾਂ ਕੋਈ ਇੱਦਾਂ ਦਾ ਜ਼ਖਮ ਜਿਹੜਾ ਨਹੀਂ ਠੀਕ ਹੋ ਰਿਹਾ ਜਾਂ ਤੁਹਾਨੂੰ ਅਗਰ ਪਿਸ਼ਾਬ 'ਚ ਖੂਨ ਆ ਰਿਹਾ, ਲੈਟਰਿਨ 'ਚ ਖੂਨ ਆ ਰਿਹਾ, ਨੱਕ ਤੋਂ ਖੂਨ ਆ ਰਿਹਾ ਜਾਂ ਕੋਈ ਬੁਖਾਰ ਹੈ ਜਿਹੜਾ ਨਹੀਂ ਠੀਕ ਹੋ ਰਿਹਾ, ਅਤੇ ਜੇ ਡਾਕਟਰ ਨੂੰ ਲੱਗਦਾ ਵੀ ਇਹ ਕੈਂਸਰ ਹੋ ਸਕਦਾ ਤਾਂ ਤੁਸੀਂ ਡਰਨਾ ਨਹੀਂ ਹੈਗਾ, ਤੁਸੀਂ ਆਪਣੇ ਟੈਸਟ ਕਰਾਉਣਾ। ਕਿਉਂਕਿ ਜਿੰਨੀ ਦੇਰ ਤੱਕ ਕੈਂਸਰ ਟੈਸਟ ਦੇ ਵਿੱਚ ਨਹੀਂ ਆਉਂਦਾ ਹੈਗਾ ਜਾਂ ਜਿੰਨੀ ਦੇਰ ਕਿਸੇ ਜ਼ਖਮ ਤੋਂ ਰਸੌਲੀ ਤੋਂ ਅਸੀਂ ਪੀਸ ਲੈ ਕੇ ਉਹਨੂੰ ਦੂਰਬੀਨ ਦੇ ਨੀਚੇ ਨਹੀਂ ਦੇਖਦੇ ਕੈਂਸਰ ਦੇ ਸੈੱਲਾਂ ਵਾਸਤੇ, ਉਨੀ ਦੇਰ ਕਿਸੇ ਵੀ ਗਿਲਟੀ ਨੂੰ ਆਪਾਂ ਕੈਂਸਰ ਦੀ ਨਹੀਂ ਕਹਿ ਸਕਦੇ। ਬਿਨਾਂ ਕੈਂਸਰ ਵਾਲੀ ਗਿਲਟੀ ਵੀ ਹੋ ਸਕਦੀ ਹੈ ਔਰ ਅਗਰ ਕੈਂਸਰ ਵਾਲੀ ਹੋਏ ਤਾਂ ਜਿੰਨੀ ਜਲਦੀ ਆਪਾਂ ਨੂੰ ਉਹਦਾ ਪਤਾ ਲੱਗ ਜਾਂਦਾ ਆਪਾਂ ਉਨਾ ਹੀ ਉਹਦਾ ਵਧੀਆ ਇਲਾਜ ਕਰਾ ਸਕਦੇ ਹਾਂ ਔਰ ਪੱਕਾ ਇਲਾਜ ਕਰਾ ਸਕਦੇ। ਹਾਂ ਇਸ ਤਰ੍ਹਾਂ ਹੈਗਾ ਕਿਉਂਕਿ ਦੇਖੋ ਜਿਹੜਾ ਕੋਈ ਕੈਂਸਰ ਜੇ ਕਿਸੇ ਨੂੰ ਕੋਈ ਦੱਸ ਦਿੰਦਾ ਜਾਂ ਕਿਸੇ ਨੂੰ ਪਤਾ ਹੈਗਾ ਔਰ ਉਹਦਾ ਉਹ ਇਲਾਜ ਕਰਾ ਰਿਹਾ ਹੈਗਾ ਲੇਕਿਨ ਉਹ ਕਿਸੇ ਸਟੈਪ ਦੇ ਉੱਤੇ ਦੁਚਿੱਤੀ 'ਚ ਫਸਿਆ ਹੋਇਆ ਵੀ ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਅੱਗੇ ਕਿੱਦਾਂ ਚੱਲਾਂ। ਕਿਉਂਕਿ ਕੈਂਸਰ ਦੇ ਵਿੱਚ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਨੂੰ ਇੱਕ ਸਟੇਜ 'ਤੇ ਜਾ ਕੇ ਡਾਕਟਰ ਇਹ ਕਹਿਣਾ ਸ਼ੁਰੂ ਕਰ ਦਿੰਦੇ ਵੀ ਆਪਾਂ ਇਲਾਜ ਕਰ ਰਹੇ ਹਾਂ ਲੇਕਿਨ ਇਹਦਾ ਉਹ ਫਾਇਦਾ ਨਹੀਂ ਹੋ ਰਿਹਾ ਜਿਹੜਾ ਆਪਾਂ ਨੂੰ ਹੋਣਾ ਚਾਹੀਦਾ। ਹੁਣ ਜਿਹੜੇ ਛੋਟੇ ਸ਼ਹਿਰਾਂ ਦੇ ਲੋਕ ਨੇ ਉਹਨਾਂ ਨੂੰ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਡਾਕਟਰਾਂ ਦੇ ਨਾਲ ਕੰਸਲਟ ਕਰਨ ਦੀ ਬੜੀ ਪਰੇਸ਼ਾਨੀ ਹੈਗੀ ਹੈ ਤਾਂ ਅਸੀਂ ਕੀ ਕਰਦੇ ਹਾਂ ਜਦੋਂ ਸਾਡੀ ਹੈਲਪਲਾਈਨ ਦੇ ਉੱਤੇ ਸਾਨੂੰ ਆਪਣੇ ਡਾਕੂਮੈਂਟ ਜਾਂ ਕੋਈ ਜਾਣਕਾਰੀ ਭੇਜਦੇ ਹੈ ਤਾਂ ਅਸੀਂ ਉਹ ਜਾਣਕਾਰੀ ਜਿਹੜੇ ਆਪਣੇ ਵੱਡੇ ਡਾਕਟਰ ਹੈ ਚਾਹੇ ਉਹ ਚੰਡੀਗੜ੍ਹ ਦੇ ਵਿੱਚ ਨੇ, ਚਾਹੇ ਉਹ ਦਿੱਲੀ ਦੇ ਵਿੱਚ ਨੇ, ਚਾਹੇ ਉਹ ਲੁਧਿਆਣੇ ਦੇ ਵਿੱਚ ਹੀ ਸਾਰੇ ਸੈਂਟਰਾਂ 'ਚ ਨੇ, ਜਲੰਧਰ ਨੇ ਜਾਂ ਕਿਤੇ ਵੀ ਕਿਸੇ ਵੀ ਸ਼ਹਿਰ, ਅਸੀਂ ਉਹਨਾਂ ਨੂੰ ਉਹ ਰਿਪੋਰਟਾਂ ਭੇਜ ਕੇ ਉਹਨਾਂ ਤੋਂ ਅਸੀਂ ਇਹ ਜਾਣਕਾਰੀ ਲੈਂਦੇ ਹਾਂ ਕਿ ਇਹਦੇ ਵਿੱਚ ਆਪਾਂ ਨੂੰ ਨੈਕਸਟ ਹੁਣ ਕੀ ਕਰਨਾ ਬਣਦਾ ਅਤੇ ਉਹ ਜਿਹੜੀ ਜਾਣਕਾਰੀ ਹੈ ਉਹ ਅਸੀਂ ਉਹ ਲੋਕਾਂ ਨੂੰ ਦੇ ਦਿੰਦੇ ਹਾਂ ਵੀ ਤੁਸੀਂ ਹੁਣ ਨੈਕਸਟ ਇਹ ਕਰਵਾਓ। ਤਾਂ ਉਹਦਾ ਬੈਨੀਫਿਟ ਕੀ ਹੁੰਦਾ ਹੈਗਾ ਕਿ ਉਹ ਪੇਸ਼ੈਂਟ ਨੂੰ ਆਪਣੇ ਕਸਬੇ ਤੋਂ ਜਾਂ ਪਿੰਡ ਤੋਂ ਜਾਂ ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰ 'ਚ ਆ ਕੇ ਵੱਡੇ ਡਾਕਟਰ ਨੂੰ ਮਿਲਣ ਦਾ ਜਿਹੜਾ ਇੱਕ ਝੰਝਟ ਹੁੰਦਾ ਉਹ ਉਹਨਾਂ ਦਾ ਘੱਟ ਜਾਂਦਾ ਹੈਗਾ ਔਰ ਇੱਕੋ ਹੀ ਵਾਰੀ 'ਚ ਉਹਨਾਂ ਨੂੰ 5-6 ਡਾਕਟਰਾਂ ਦੀ ਜਿਹੜੀ ਰਾਏ ਹੈਗੀ ਆ ਉਹ ਮਿਲ ਜਾਂਦੀ ਹੈ। ਪੰਜਾਬ ਦੇ ਵਿੱਚ ਤਾਂ ਅਸੀਂ ਇਸ ਗੱਲੋਂ ਤਾਂ ਬਹੁਤ ਲੱਕੀ ਹੈਗੇ ਹਾਂ ਕਿਉਂਕਿ ਪੰਜਾਬ ਚੀਫ ਮਿਨਿਸਟਰ ਫੰਡ ਜਿਹੜਾ ਹੈਗਾ ਸਾਡੇ ਵਾਸਤੇ ਉਹ ਹਰ ਇੱਕ ਬੰਦੇ ਵਾਸਤੇ ਅਵੇਲੇਬਲ ਹੈ। ਸਿਰਫ ਉਹਦੇ ਵਿੱਚ ਇੱਕੋ ਹੀ ਸ਼ਰਤ ਹੈਗੀ ਹੈ ਕਿ ਸਾਡਾ ਕੋਈ ਹੋਰ ਇੰਸ਼ੋਰੈਂਸ ਨਹੀਂ ਹੋਣਾ ਚਾਹੀਦਾ। ਅਤੇ ਜਿਹੜੇ ਵੀ ਪੰਜਾਬੀ ਬੰਦੇ ਦਾ ਜਾਂ ਆਪਣੇ ਭੈਣਾਂ ਦਾ ਕਿਸੇ ਦਾ ਇੰਸ਼ੋਰੈਂਸ ਨਹੀਂ ਹੈਗਾ ਤਾਂ ਉਹਦੇ ਵਾਸਤੇ ਸਰਕਾਰ ਨੇ ਐਡਾ ਵਧੀਆ ਉਪਰਾਲਾ ਕੀਤਾ ਹੋਇਆ ਕਿ ਸਾਨੂੰ ਸਿਰਫ ਉਹਦੇ ਵਾਸਤੇ ਇੱਕ ਆਪਣਾ ਆਈ ਡੀ ਕਾਰਡ ਚਾਹੀਦਾ ਹੈਗਾ ਜਿਹੜਾ ਆਧਾਰ ਵੀ ਹੋ ਗਿਆ ਅਤੇ ਹੁਣ ਇੱਕ ਵੋਟਰ ਕਾਰਡ ਹੁੰਦਾ, ਦੋ ਚੀਜ਼ਾਂ। ਤੀਸਰੀ ਚਾਹੀਦੀ ਹੈ ਸਾਨੂੰ ਕੈਂਸਰ ਦੀ ਇੱਕ ਰਿਪੋਰਟ। ਕੈਂਸਰ ਦੀ ਰਿਪੋਰਟ ਉਹ ਹੁੰਦੀ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਬਾਇਪਸੀ ਹੋਣ ਤੋਂ ਬਾਅਦ ਅਸੀਂ ਉਹ ਦੂਰਬੀਨ ਦੇ ਨੀਚੇ ਉਹਨੂੰ ਜਾਂਚ ਕਰਦੇ ਹਾਂ ਕਿ ਇਹ ਕੈਂਸਰ ਵਾਲਾ ਜ਼ਖਮ ਸੀਗਾ ਜਾਂ ਕੈਂਸਰ ਵਾਲੀ ਬਿਮਾਰੀ ਹੈ ਜਾਂ ਬਿਨਾਂ ਕੈਂਸਰ ਵਾਲੀ ਹੈ। ਜਿਹੜੀ ਉਹ ਰਿਪੋਰਟ ਹੈਗੀ ਆ ਉਹ ਇੱਕ ਵੈਲਿਡ ਡਾਕੂਮੈਂਟ ਹੈਗਾ ਚੀਫ ਮਿਨਿਸਟਰ ਫੰਡ ਲੈਣ ਵਾਸਤੇ ਅਤੇ ਉਹਦੇ ਵਾਸਤੇ ਪੇਸ਼ੈਂਟ ਨੇ ਕਿਤੇ ਨਹੀਂ ਜਾਣਾ ਹੁੰਦਾ। ਜਿਹੜੇ ਹਸਪਤਾਲ ਦੇ ਵਿੱਚ ਉਹ ਇਲਾਜ ਕਰਵਾ ਰਿਹਾ ਉਸੇ ਹਸਪਤਾਲ ਨੇ ਉਹਦੇ ਸਾਰੇ ਕਾਗਜ਼ ਤਿਆਰ ਕਰਨੇ ਆ, ਫਾਈਲ ਤਿਆਰ ਕਰਨੀ ਹੈ, ਉਹਦੇ ਪੈਸੇ ਉਸੇ ਹਸਪਤਾਲ ਨੂੰ ਆਉਣੇ ਆ ਅਤੇ ਮਰੀਜ਼ ਦਾ ਉਹਦੇ ਵਿੱਚ ਕੋਈ ਲਾਗਾ ਦੇਗਾ ਨਹੀਂ ਹੈਗਾ। ਮਰੀਜ਼ ਆਪਣਾ ਉਹਨਾਂ ਕੋਲੋਂ ਸਗੋਂ ਜਾ ਕੇ ਬੈਲੈਂਸ ਪਤਾ ਕਰ ਸਕਦਾ ਵੀ ਮੇਰੇ ਖਾਤੇ ਦੇ ਵਿੱਚ ਹੁਣ ਕਿੰਨੇ ਪੈਸੇ ਰਹਿ ਗਏ ਆ। ਦੋਨੋਂ ਕੈਂਸਰਾਂ ਦੇ ਵਿੱਚ ਮੈਨੇ ਸਰਜੀਕਲੀ ਕੈਂਸਰਾਂ ਨੂੰ ਠੀਕ ਕਰਵਾਇਆ ਹੈਗਾ। ਮੇਰੇ ਜੀਭ ਦਾ ਕੈਂਸਰ ਸੀ, ਮੈਨੇ ਆਪਰੇਸ਼ਨ ਕਰਵਾਇਆ, ਮੈਂ ਤਾਂ ਉਦੋਂ ਬਾਅਦ ਹੁਣ ਮੈਨੂੰ ਕੋਈ ਕਰਨਾ ਹੀ ਨਹੀਂ ਪੈਂਦਾ ਉਹਦੇ ਵਾਸਤੇ। ਇੱਦਾਂ ਹੀ ਜਿਹੜਾ ਬਲੈਡਰ ਦਾ ਕੈਂਸਰ ਹੈ ਉਹਦੇ ਵਿੱਚ ਵੀ ਜਦੋਂ ਵੀ ਕਦੇ ਲੋੜ ਹੁੰਦੀ ਹੈ ਅਤੇ ਆਪਾਂ ਸਰਜਰੀ ਕਰਵਾ ਲੈਂਦੇ ਹਾਂ। ਤਾਂ ਇਹਦਾ ਮਤਲਬ ਹੈਗਾ ਕਿ ਆਪਾਂ ਨੇ ਸਿਰਫ ਬਿਮਾਰੀ ਨੂੰ ਪਕੜਨਾ ਫਸਟ ਸਟੇਜ 'ਤੇ ਹੈ, ਉਹਦੀ ਸਟੇਜ ਨਹੀਂ ਵਧਣ ਦੇਣੀ ਅਤੇ ਉਸ ਤੋਂ ਬਾਅਦ ਫਿਰ ਇਹਦਾ ਇਲਾਜ ਬਹੁਤ ਹੀ ਜ਼ਿਆਦਾ ਸੌਖਾ ਸਸਤਾ ਹੈਗਾ। ਮੈਂ ਤਾਂ ਇਹੀ ਅਪੀਲ ਕਰਾਂਗੀ ਕਿ ਜੇ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਤਾਂ ਫੈਮਿਲੀ ਮੈਂਬਰਸ ਨੂੰ ਪੂਰੀ ਸਪੋਰਟ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ ਨਾਲ ਹਮੇਸ਼ਾ ਭੈਣ ਭਾਈ ਸਾਰੇ ਫੈਮਿਲੀ ਮੈਂਬਰਸ ਬਹੁਤ ਅੱਛੀ ਤਰ੍ਹਾਂ ਨਾਲ ਖੜੇ ਨੇ। ਬਸ ਇਹੀ ਹੈ ਕਿ ਹਰ ਟਾਈਮ ਸਪੋਰਟ ਦੀ ਬਹੁਤ ਜ਼ਰੂਰਤ ਹੁੰਦੀ ਹੈ।